ਤੁਸੀਂ ਦੇ ਰਹੇ ਡੈਲੀ ਸਟੇਟ ਵੀ ਮੈਂ ਹਾਂ ਸੰਦੀਪ ਸ਼ਰਮਾ ਬੀਜੇਪੀ ਦੀ ਜਿਹੜੀ ਵਿਸ਼ੇਸ਼ ਮੀਟਿੰਗ ਉਹ ਲਗਾਤਾਰ ਜਿਹੜਾ ਪ੍ਰਚਾਰ ਦਾ ਜਿਹੜੀ ਮੁਹਿੰਮ ਅੱਜ ਤੋਂ ਜਿਹੜਾ ਸਟਾਰਟ ਹੋ ਚੁੱਕੀ ਉਸ ਦੇ ਤਹਿਤ ਅੱਜ ਜਲੰਧਰ ਦੇ ਗੁਲਮੋਲ ਕਲੋਨੀ ਵਿਖੇ ਅੱਜ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ ਜਿਹੜੀ ਮੀਟਿੰਗ ਹੈਗੀ ਹੈ ਇਹ ਮੰਡਲ 3 ਵੱਲੋਂ ਬੀਜੇਪੀ ਦੇ ਮੰਡਲ 3 ਵੱਲੋਂ ਅਤੇ ਜਿਹੜੇ ਸਾਹਿਲ ਪੱਲਾ ਅਤੇ ਜੁਲਕਾਈ ਵੱਲੋਂ ਕੀਤੀ ਜਾ ਰਹੀ ਤਾਂ ਗੱਲਬਾਤ ਕਰਦੇ ਹਾਂ ਜਿਹੜੇ ਇੱਥੇ ਮੌਕੇ 'ਤੇ ਪਹੁੰਚੇ ਹੈ ਦਿੱਲੀ ਦੇ ਐਮ ਪੀ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਜੀ ਤੋਂ ਜਿਹੜੀ ਬੀਜੇਪੀ ਦੇ ਕੈਂਡੀਡੇਟ ਹੈ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਦੇ ਵਿੱਚ ਜਿਹੜੀ ਅੱਜ ਮਹਾਂ ਅਭਿਆਨ ਬੀਜੇਪੀ ਨੇ ਸ਼ੁਰੂ ਕੀਤਾ ਗਿਆ ਉਸ ਦੇ ਹੱਕ ਦੇ ਵਿੱਚ ਜਿਹੜੀ ਅੱਜ ਰੈਲੀਆਂ ਦਾ ਦੌਰ ਸ਼ੁਰੂ ਹੋ ਗਿਆ ਅਤੇ ਦਿੱਲੀ ਦੇ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਦੇ ਨਾਲ ਅੱਜ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ ਜਿੱਥੇ ਬੀਜੇਪੀ ਦੇ ਯੁਵਾ ਮੋਰਚਾ ਵੱਲੋਂ ਅੱਜ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਉੱਤੇ ਬੀਜੇਪੀ ਦੇ ਜਲੰਧਰ ਲੋਕ ਸਭਾ ਦੇ ਜਿਮਨੀ ਚੋਣਾਂ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਹਾਲ ਦੇ ਵਿੱਚ ਹੰਸ ਰਾਜ ਹੰਸ ਬੀਜੇਪੀ ਦੇ ਕਾਰਜਕਰਤਾ ਨੂੰ ਸੰਬੋਧਨ ਕਰ ਰਹੇ ਹਨ ਸੋ ਮੌਜੂਦਾ ਮੇਰੇ ਨਾਲ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਜੀ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਕਹਿੰਦੇ ਕਿਸ ਤਰ੍ਹਾਂ ਕਾਫੀ ਇਕੱਠ ਹੈਗਾ ਬੀਜੇਪੀ ਦੇ ਬਿਲਕੁਲ ਇਹ ਦੇਖੋ ਪ੍ਰਧਾਨ ਜੀ ਨੇ ਬੜਾ ਅੱਛਾ ਕੀਤਾ ਜੁਲਕਾ ਸਾਹਿਬ ਨੇ ਬੜਾ ਵਧੀਆ ਔਰ ਸ਼ੌਕਰ ਸਾਹਿਬ ਦੇ ਦਰਸ਼ਨ ਹੋ ਗਏ ਭੈਣ ਮੰਜੂ ਕੇ ਸਾਰੇ ਅਸੀਂ ਇਕੱਠੇ ਕਲੋਨੀ ਬੜੀ ਵਧੀਆ ਮੈਂ ਮਹਿਸੂਸ ਕਰਦਾ ਕਿ ਬਹੁਤ ਸ਼ਾਨਦਾਰ ਸ਼ਾਂਤ ਕਲੋਨੀ ਹੈ ਕਨੈਕਟਿਵਿਟੀ ਦੀ ਥੋੜ੍ਹੀ ਹੈਗੀ ਆ ਸੜਕ ਸੁੜਕ ਦੀ ਥੋੜ੍ਹੀ ਕਮੀ ਉਹ ਬਣਾ ਦਾਂਗੇ ਅਤੇ ਲਾਈਟਾਂ ਲੂਟਾਂ ਹੋਰ ਲਵਾ ਦਾਂਗੇ ਅੱਜ ਤੋਂ ਬੀਜੇਪੀ ਦਾ ਮਹਾਂ ਅਭਿਆਨ ਪ੍ਰਚਾਰ ਸ਼ੁਰੂ ਹੋ ਗਿਆ 6ਵੇਂ ਤੋਂ ਤੁਹਾਡੇ ਪ੍ਰਚਾਰ ਸ਼ੁਰੂ ਹੋ ਗਏ ਸੀ ਬੜਾ ਰਿਸਪੋਂਸ ਲਿਆ ਸ਼ਾਹਕੋਟ ਮਲਸੀਆਂ ਵਗੈਰਾ ਨਗੋਦਰ ਦੇ ਵਿੱਚ ਕਿਸ ਤਰ੍ਹਾਂ ਕਰਤਾਰ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਪ੍ਰਚਾਰ ਦਾ ਹੁਣ ਅੱਜ ਤੋਂ ਜ਼ਰਾ ਸਪੀਡ ਫੜ ਲਈ ਹੈ ਹੁਣ 8 ਤਰੀਕ ਤੱਕ ਬਕਾਇਦਾ ਇਸੇ ਤਰ੍ਹਾਂ ਚੱਲੇਗਾ ਅਤੇ ਬੇਨਤੀ ਸਾਰਿਆਂ ਨੂੰ ਕਰਦੇ ਹਾਂ ਕਿ ਸਾਡੇ ਉਮੀਦਵਾਰ ਨੂੰ ਜਿਤਾਓ ਅਤੇ ਖੁਸ਼ੀਆਂ ਪ੍ਰਾਪਤ ਕਰੋ ਕੀ ਲੱਗ ਰਿਹਾ ਜਨਤਾ ਜਿਹੜੀ ਜਲੰਧਰ ਸ਼ਹਿਰ ਦੀ ਮਨ ਬਣਾ ਚੁੱਕੀ ਹੈ ਵੀ ਬੀਜੇਪੀ ਸਰਕਾਰ ਯੋਗੀ ਸਰਕਾਰ ਵਰਗਾ ਸੀਐਮ ਚੱਲਦੀ ਹਾਂਜੀ ਹੁਣ ਸਾਰਿਆਂ ਨੂੰ ਉਹਨਾਂ ਨੇ ਪਰਖ ਲਿਆ ਨਾ ਦੇਖ ਲਿਆ ਐਕਚੁਅਲੀ ਜਿੰਨੀ ਦੇਰ ਬੰਦਾ ਦੇਖਦਾ ਨਹੀਂ ਪਰਖਦਾ ਨਹੀਂ ਓਨੀ ਦੇਰ ਨਹੀਂ ਪਤਾ ਲੱਗਦਾ ਵਿਕਾਸ ਦਾ ਹੀ ਏਜੰਡਾ ਹੈ ਅਸੀਂ ਚਾਹੁੰਦੇ ਇੱਥੇ ਸਾਰਾ ਵਿਕਾਸ ਹੋਵੇ ਉਸ ਤਰ੍ਹਾਂ ਵਧੀਆ ਹੋਵੇ ਵਿਕਾਸ ਚਾਹੁੰਦੇ ਇੱਕ ਤਾਂ ਕਿੱਡੇ ਸੋਹਣੇ ਮੋਟਰਵੇ ਬਣ ਰਹੇ ਲੇਕਿਨ ਸ਼ਹਿਰ ਦੇ ਅੰਦਰ ਵੀ ਡਿਵੈਲਪਮੈਂਟ ਹੋਵੇ ਇਹ ਜਿਹੜੇ ਜੇ ਸਮਾਰਟ ਸਿਟੀ ਦਾ ਨਾਮ ਹੈ ਤੇ ਵਾਕਿਆ ਸਮਾਰਟ ਸਿਟੀ ਹੋਵੇ ਇਹੀ ਹੈ ਕੋਸ਼ਿਸ਼ ਸੋ ਇਹ ਸਨ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਜੀ ਜਿਨ੍ਹਾਂ ਨੇ ਦੱਸਿਆ ਵੀ ਵਿਕਾਸ ਦੇ ਏਜੰਡੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਜਿਹੜਾ ਜਿਮਨੀ ਚੋਣ ਜਲੰਧਰ ਵਾਸਤੇ ਜਿਹੜਾ ਉਹਨਾਂ ਦੇ ਉਮੀਦਵਾਰ ਹੈ ਬੀਜੇਪੀ ਦੇ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਦੇ ਵਿੱਚ ਲਗਾਤਾਰ ਅੱਜ ਜਿਹੜਾ ਚੁਣਾਵ ਪ੍ਰਚਾਰ ਜਿਹੜਾ ਅਭਿਆਨ ਅੱਜ ਸ਼ੁਰੂ ਕੀਤਾ ਗਿਆ ਬੀਜੇਪੀ ਪਾਰਟੀ ਵੱਲੋਂ ਲਗਾਤਾਰ ਪਿੰਡਾਂ ਵਿੱਚ ਜਾ ਕੇ ਜਿਹੜੇ ਇਹਨਾਂ ਦੇ ਸਟਾਰ ਪ੍ਰਚਾਰਕ ਹੈ ਲਗਾਤਾਰ ਇਸ ਮੁਹਿੰਮ ਨੂੰ ਅੱਗੇ ਵਧਾ ਰਹੇ ਆ ਤੋ ਅੱਜ ਗੁਲਮੋਰ ਕਲੋਨੀ ਵਿਖੇ ਜਿਹੜੀ ਅੱਜ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸਦੇ ਤਮਾਮ ਬੀਜੇਪੀ ਕਾਰਜਕਰਤਾ ਵੱਲੋਂ ਜਿਹੜਾ ਅੱਜ ਬੀਜੇਪੀ ਦੇ ਕੈਂਡੀਡੇਟ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਇੱਕ ਚੁਣਾਵ ਮੀਟਿੰਗ ਕੀਤੀ ਗਈ ਜਿਸ ਵਿੱਚ ਤਮਾਮ ਕਾਰਜਕਰਤਾ ਨੇ ਬੀਜੇਪੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਦੇ ਵਿੱਚ ਵੋਟ ਦੇਣ ਦਾ ਸਮਰਥਨ ਦਿੱਤਾ ਕੈਮਰਾਮੈਨ ਸਨੀ ਵਤਨਾ ਸੰਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਜਲੰਧਰ